ਉਹ ਕਿਸੇ ਨੇ ਬਾਪੂ ਜੀ ਸਰਕਾਰ ਫਰਮਾਇਆ ਕਿ ਗੱਡੀ ਆ ਗਈ ਸਟੇਸ਼ਨ ਤੇ। ਬਾਪੂ ਜੀ ਸਰਕਾਰ ਨੇ ਲਾਹੌਰ ਵਾਲੇ ਉਹ ਸ਼ਾਇਰ ਗੁਜ਼ਰੇ ਨੇ ਬੜੇ ਵੱਡੇ, ਕਹਿੰਦੇ ਨੇ ਕਿ ਗੱਡੀ ਆ ਗਈ ਸਟੇਸ਼ਨ ਤੇ ਪਰਾ ਹੱਟ ਵੇ ਬਾਬੂ ਮੈਨੂੰ ਮਾਇਆ ਵੇਖਣ ਦੇ। ਇਹ ਉਹ ਗੱਲ ਹੋ ਜਾਣੀ ਠੀਕ ਹੈ। ਲਓ ਜੀ ਮੈਂ ਯਕੀਨਨ ਜਿਹੜਾ ਮੈਨੂੰ ਉਸਮਾਨ ਬਾਈ ਨੇ ਹੁਕਮਨਾਮਾ ਦਿੱਤਾ ਹੈ ਮੈਂ ਬਿਲਾ ਤਮੀਦ ਦਾਵਾ ਦੇਣ ਲੱਗਾ ਸੀ, ਲੇਕਿਨ ਉਸਮਾਨ ਬਾਈ ਕਹਿ ਰਹੇ ਕਿ ਦੋ ਚਾਰ ਮਿੰਟ ਲਾ ਲਓ। ਇਹ ਕਹਿ ਰਹੇ ਨੇ ਅਲੀ ਅਲੀ ਕਰ ਲਓ, ਲੇਕਿਨ ਮਹੀਨਾ ਰੱਬੀ ਲਵਲ ਹੈ, ਮੌਜੂ ਦੇ ਨਾਲ ਮੌਜੂ ਟੱਚ ਹੋ ਜਾਏ ਠੀਕ ਹੈ। ਇਹ ਵੱਡੀ ਗੱਲ ਹੈ, ਇਸ ਮੈਂ ਸਾਫ਼ ਗੱਲ ਬਣਦੀ ਹੈ ਨਾ ਜਨਾਬ ਇਨਸ਼ਾਅੱਲਾ, ਕਿਉਂਕਿ ਅਸੀਂ ਅਲੀ ਦੇ ਵੀ ਨੌਕਰ। ਚੱਲ ਇੱਕ ਸ਼ੇਰ ਪੜ੍ਹਦੇ ਨੇ ਯਾਰ, ਹੈਂ ਹਮ ਹਾਥ ਮੁਨਾਫਿਕ ਸੇ ਮਿਲਾਇਆ ਨਹੀਂ ਕਰਤੇ। ਜਿਹਦਾ ਇਮਾਨ ਹੈ ਕਿ ਇਹ ਹੱਥ ਮੁਨਾਫਕ ਨਾਲ ਨਹੀਂ ਮਿਲਦਾ ਬਲਕਿ ਮੋਮਨ ਨਾਲ ਮਿਲਦਾ ਹੈ। ਹਲਾਲੀ ਮਾਂ ਦਾ ਪੁੱਤਰ ਹੱਥ ਉਠਾ ਕੇ ਬੋਲੇਗਾ ਜ਼ਰਾ ਸੁਭਾਨ ਅੱਲਾ, ਹਮ ਹਾਥ ਮੁਨਾਫਿਕ ਸੇ ਮਿਲਾਇਆ ਨਹੀਂ ਕਰਤੇ, ਬੇਫੈਜ਼ ਕੇ ਦਰ ਪੇ ਕਭੀ ਜਾਇਆ ਨਹੀਂ ਕਰਤੇ, ਹਮ ਹਾਥ ਮੁਨਾਫਿਕ ਸੇ ਮਿਲਾਇਆ ਨਹੀਂ ਕਰਤੇ, ਬੇਫੈਜ਼ ਕੇ ਦਰ ਪੇ ਕਭੀ ਜਾਇਆ ਨਹੀਂ ਕਰਤੇ, ਦੇਤਾ ਹੈ ਖੁਦਾ ਲੇਤੇ ਹੈ ਔਲਾਦ ਅਲੀ ਸੇ, ਬੇ ਪੀਰ ਕਾ ਰਿਜ਼ਕ ਕਭੀ ਖਾਇਆ ਨਹੀਂ ਕਰਤੇ ਹੈ, ਦੇਤਾ ਹੈ ਖੁਦਾ ਲੇਤੇ ਹੈ ਔਲਾਦ ਅਲੀ ਸੇ, ਬੇ ਪੀਰ ਕਾ ਰਿਜ਼ਕ ਕਭੀ ਖਾਇਆ ਨਹੀਂ ਕਰਤੇ। ਲਓ ਜੀ ਤਵੱਜੋ ਰੱਖਣਾ, ਜ਼ਮੀਨ ਹਵਾ ਖਲਾ ਅਤਾਰਤ ਜ਼ੁਹਰਾ ਮਰੀਖ ਮੁਸ਼ਤਰੀ, ਪਹਿਲਾ ਅਸਮਾਨ ਦੂਸਰਾ ਤੀਸਰਾ ਚੌਥਾ ਪਾਂਚਵਾਂ ਛੱਟਾ ਸਾਤਵਾਂ ਜੰਨਤ ਸਿਦਰਾ ਅਰਸ਼ ਆਜ਼ਮ ਲਾਮਕਾਂ ਸਭ ਕੁਛ ਨੀਚੇ ਹੈ ਆਕਾ ਕੇ ਨਾਲਿਆਂ ਉੱਪਰ ਹੈ। ਅੱਛਾ ਹਜੇ ਵੀ ਦਸ ਬੰਦਿਆਂ ਸ਼ਕੂਰ ਬਾਈ ਨਹੀਂ ਬੋਲਿਆ ਹੈ, ਨੂਰ ਬਾਈ ਅਜੇ ਦਸਾਂ ਬੰਦਿਆਂ ਨਹੀਂ ਬੋਲਿਆ, ਮੇਰੀ ਨਜ਼ਰ ਪੈ ਗਈ, ਹੁਣ ਮੈਂ ਦੁਬਾਰਾ ਨਾਮ ਲੈਣਾ, ਅਗਰ ਉਹਨਾਂ ਵੀ ਦਸਾਂ ਨਾ ਬੋਲਿਆ ਤਾਂ ਮੈਂ ਦਵਾਈ ਕਾਨੂੰਨ ਸੁਣ ਲੈਣੀ ਜੀ। ਭਾਵੇਂ ਮੇਰੇ ਪਿੰਡ ਦਾ ਅਮੀਰ ਹੈ ਗਰੀਬ ਹੈ ਮੈਨੂੰ ਕੋਈ ਗਰਜ ਨਹੀਂ, ਮੈਂ ਸੁਣ ਲੈਣੀ ਜੀ, ਜਿਹੜਾ ਹਜ਼ੂਰ ਦੇ ਨਾਂ 'ਤੇ ਸੁਭਾਨ ਲੈਣੀ ਫਰਮਾ ਸਕਦਾ ਆਇਆ ਕੀ ਲੈਣਾ ਫਿਰ ਹਜ਼ੂਰ ਦੇ ਮਿਲਾ ਦੇ ਵਿੱਚ। ਤਵੱਜੋ ਰੱਖਣਾ ਜ਼ਰਾ, ਲਓ ਜੀ ਦੁਬਾਰਾ ਜੀ, ਜ਼ਮੀਨ ਹਵਾ ਖਲਾ ਅਤਾਰਤ ਜ਼ੁਹਰਾ ਮਰੀਖ ਮੁਸ਼ਤਰੀ ਪਹਿਲਾ ਅਸਮਾਨ ਦੂਸਰਾ ਤੀਸਰਾ ਚੌਥਾ ਪਾਂਚਵਾਂ ਛੱਟਾ ਸਾਤਵਾਂ ਜੰਨਤ ਸਿਦਰਾ ਅਰਸ਼ ਆਜ਼ਮ ਲਾਮਕਾਂ ਸਭ ਕੁਛ ਨੀਚੇ ਹੈ ਆਕਾ ਕੇ ਨਾਲੈਨ ਉੱਪਰ ਹੈ। ਮਹਿਰਾਜ ਕੀ ਰਾਤ, ਮਹਿਰਾਜ ਕੀ ਰਾਤ, ਸਭ ਕੁਛ ਨੀਚੇ ਹੈ ਆਕਾ ਕੇ ਨਾਲੈਨ ਉੱਪਰ ਹੈ। ਜਬ ਆਕਾ ਕੇ ਨਾਲੈਨ ਉੱਪਰ ਕੋ ਦੇਖਾ ਕਿਸ ਨੇ, ਸਾਦੀ ਸ਼ਰਾਜੀ ਨੇ ਤੋ ਕਹਿ ਦਿਆ, ਬਲਗਲ ਉਲਾਵੇ ਕਮਾਲ ਹੀ ਕਸ਼ਫਤ ਜਾਵੇ ਜਮਾਲ ਹੀ ਹਸੁਨਤ ਜਮੀਓ ਖਿਸਾਲ ਹੀ। ਅੱਗੇ ਚੌਥਾ ਮਿਸਰਾ ਆਇਆ ਬਾਬਾ ਜੀ ਇਫਤਖਾਰ ਸਾਹਿਬ, ਚੌਥਾ ਮਿਸਰਾ ਆਇਆ, ਸਾਦੀ ਸ਼ਰਾਜੀ ਨੂੰ ਕੋਈ ਨਹੀਂ ਆਇਆ। ਸੋਚਦੇ ਰਹੇ, ਲਿਖਣ ਬੈਠ ਗਏ, ਸੋਚਦੇ ਰਹੇ, ਸੁਬਹ ਸੋਚਿਆ ਨਾ ਆਇਆ, ਰਾਤ ਕੋ ਲਿਖਾ ਨਾ ਆਇਆ, ਦੁਪਹਿਰ ਟਾਈਮ ਲਿਖਾ ਨਾ ਆਇਆ, ਜਬ ਚੌਥਾ ਮਿਸਰਾ ਸਾਦੀ ਸ਼ਰਾਜੀ ਕੋ ਨਾ ਆਇਆ, ਫਿਰ ਖਾਬ ਕੇ ਅੰਦਰ ਜ਼ਹਰਾ ਕਾ ਬਾਬਾ ਤਸ਼ਰੀਫ ਲਾਇਆ, ਖਾਬ ਦੇ ਅੰਦਰ ਹਜ਼ੂਰ ਆ ਗਏ, ਹਜ਼ੂਰ ਆ ਗਏ, ਹਜ਼ੂਰ ਆ ਗਏ। ਜਦੋਂ ਹਜ਼ੂਰ ਆਏ ਤੇ ਲਜਪਾਲ ਆਖਾ ਨੇ ਫਰਮਾਇਆ, ਸਾਦੀ ਸ਼ਰਾਜੀ ਜੀ ਕੀ ਲਿਖਿਆ ਜੇ? ਅਰਜ਼ ਕਰਦੇ ਨੇ ਯਾ ਰਸੂਲ, ਮੈਂ ਲਿਖਿਆ ਬਲਗਲ ਉਲਾਬੇ ਕਮਾਲ ਹੀ ਕਸ਼ਫਤ ਦੁਜਾਬੇ ਜਮਾਲ ਹੀ ਹਸਨਤ ਜਮੀਓ ਖਿਸਾਲ ਹੀ। ਆਖਾ ਫਰਮਾਉਂਦੇ ਨੇ ਅੱਗੇ ਲਿਖ, ਯਾ ਰਸੂਲ ਕੋਈ ਗੱਲ ਸਮਝ ਨਹੀਂ ਆ ਰਹੀ, ਮੈਂ ਅੱਗੇ ਲਿਖਾਂ ਕੀ? ਆਖਾ ਨੇ ਫਰਮਾਇਆ, ਸਾਦੀ ਸ਼ਰਾਜੀ ਜੀ ਅੱਗੇ ਲਿਖ ਦਿਓ ਫਿਰ ਸੱਲੋ ਵਾਲੇ ਹਵਾਲੇ, ਸੱਲੋ ਵਾਲੇ ਹਵਾਲੇ ਗੀ ਕਰਮ ਜਬਾਲ ਨਬੀ ਕਾ ਸ਼ਰੀਕ ਹੋਤਾ ਹੈ, ਕਰਮ ਜਬਾਲ ਨਬੀ ਕਾ ਸ਼ਰੀਕ ਹੋਤਾ ਹੈ, ਲਾਖ ਬਿਗੜਾ ਹੁਆ ਕਾਮ ਠੀਕ ਹੋਤਾ ਹੈ, ਦਰੂਦ ਮੁਹੰਮਦ ਵਾਲੇ ਮੁਹੰਮਦ ਕੀ ਯੇ ਫਜ਼ੀਲਤ ਹੈ, ਲਾ ਸ਼ਰੀਕ ਵੀ ਇਸਮੇ ਸ਼ਰੀਕ ਹੋਤਾ ਹੈ, ਜਿਸੇ ਚਾਖਾ ਦੇ ਪੇ ਬੁਲਾ ਲਿਆ, ਜਿਸੇ ਚਾਹਾ ਆਪਣਾ ਬਣਾ ਲਿਆ, ਜਿਸੇ ਚਾਹਾ ਆਪਣਾ ਬਣਾ ਲਿਆ, ਉਹ ਬਲਾ ਹਜ਼ੂਰ ਕੀ ਅਸੀਂ ਮਿਲਾਦ ਦੇ ਵੀ ਨੌਕਰ ਹਾਂ, ਅਸੀਂ ਮਿਹਰਾਜ ਦੇ ਵੀ ਨੌਕਰ ਹਾਂ, ਕਿਉਂਕਿ ਮਿਹਰਾਜ ਕੀ ਰਾਤ ਹੋ ਅੱਲਾ ਕਹਤਾ ਹੈ ਸੁਬਹਾਨ ਅੱਲਾ ਜੀ। ਪੰਦਰਵਾਂ ਪਾਰਾ ਸੂਰਤ ਕਾ ਆਗਾਜ਼ ਹੋ ਰਹਾ ਹੈ, ਅੱਲਾ ਫਰਮਾਤਾ ਹੈ ਸੁਬਹਾਨ ਅੱਲਾ ਜੀ, ਮਿਲਾਦ ਕੀ ਰਾਤ ਹੋ ਸੁਣੀ ਕਹਤਾ ਹੈ ਸੁਬਹਾਨ ਅੱਲਾ। ਲਓ ਜੀ ਤਵੱਜੋ ਰੱਖਣਾ, ਮਿਹਰਾਜ ਕੀ ਰਾਤ ਇੱਕ ਫਰਿਸ਼ਤਾ ਆਇਆ ਹਜ਼ੂਰ ਕੀ ਬਾਰਗਹ ਕੇ ਅੰਦਰ, ਕਹਿਣੇ ਲੱਗਾ ਯਾ ਰਸੂਲਲਾ, ਮੁਝੇ ਅੱਲਾ ਨੇ ਇਤਨੀ ਤਾਕਤ ਅਤਾ ਫਰਮਾਈ ਹੈ, ਜ਼ਮੀਨ ਕੇ ਉੱਪਰ ਜਿਤਨੀ ਮਿੱਟੀ ਹੈ ਮੈਂ ਸਭ ਕੇ ਜ਼ਰਾਤ ਕੋ ਗਿਣ ਸਕਤਾ ਹੂੰ।
कई बंदे वेखते रह गए, सोचते रह गए, असं सोचने वाले नहीं, असं मनन वाले। जिहड़ा बंदा नहीं ना बोलिया उन्हें मैं कहना वा पुत्र एक चूंडी चुक तो गिनना शुरू कर दे, अगर गिन लवी तो फिर अगर नहीं गिन सकता तो फिर सरकार के मौजे से हाथ उठा के सवालना बनता है, बनता कि नहीं बनता। लो जी फरिश्ता आ गया मेराज जरा कहने लगा यार सुल्ला रब ने मैंने इतनी ताकत था फरमाइए, जमीन के उत्ते जितने दरख्त हैं मैं सब के पत्ते गिन सकना, जमीन के उत्ते जितना पानी है मैं सब के कतरात को गिन सकना, जमीन के उत्ते जितनी मिट्टी है मैं सारिया के जर्रिया गिन सकना, हाजर गिन गया, शिजर गिन गया, ये गिन गया, वो गिन गया, सारे गिन गया, हर चीज़ गिन गया। राजपाल आका फरमाते ने कोई यह भी काम है जरा तेरी गिनती तो बाहर है, हर चीज ही गिनी जा रहे हैं, दरख्त पत्ते गिन लै, अर्जो समावाद गिनी, हजरात शजरात गिनी, हर चीज गिन सकना है, लेकिन एक ऐसा काम बता जिहड़ी तेरी गिनती तो बाहर होवे, काउंटिंग तो बाहर होवे, तेरे गुस्से तो वुस्से तो तेरी मेराज तो बाहर होवे। कहन लगा यार सुल्ला एक ऐसा काम है, एक ऐसा काम है इस्माइल साहब, फरिश्ता कहन लगा जिहड़े मेरी गिनती तो बाहर है। राजपाल आका फरमाते ने किहड़ा काम है, कहन लगा यार सुल्ला तुहाडा होवे उमती, उमती बैठे हो ना हजूर दे, उमती बैठे हो ना। फरिश्ता कहन लगा यार सुल्ला तुहाडा होवे उमती, तुहाडी जात दे उत्ते एक मरतबा प्यार मुहब्बत प्रीत इश्क दे नाल दरूद शरीफ पढ़े, रब की जानब तो जितनियां रहमतां दा नज़ूल उस उमती उत्ते आउंदा है उन्हां रहमतां नूं गिन नहीं सकदा मैं। खुद मेरा अल्लाह दरूद पढ़ता है, बस आखिरी जुमला आ गया, आखिरी जुमला आ गया, आखिरी जुमला आ गया। अल्लाह सुने के सवाल किया किन्ने, अल्लाह दे वली ने, अल्लाह वाले ने भाई नदीम साहब, अल्लाह वाले ने सवाल किया, अल्लाह सुने तू खाना है, आवाज़ है कुदरत आई मैं खावन तो पाक, अल्लाह सुने तू पीना है फरमा मैं पीवन तो पाक, अल्लाह सुने बनना है फरमा मैं बैठन तो पाक, अल्लाह सुने जाना है आना है जाना है खाना है पीना है हज फरमाया नहीं, जकात नहीं, क्याम नहीं, रुकू नहीं, सजदा नहीं, कि अल्लाह सुने फिर करना की बनता है सवाल, अल्लाह सुनिया फिर करना की है, ना हज है ना जकात है ना उमरा है ना क्याम है ना किरात है ना रुकू है ना सजदा, कोई चीज भी नहीं तो फिर करना की है। फरमाया ये सब इबारतें एक इंसान मेरी रजा के लिए करता है, अल्लाह सुने तू की करना है, फरमाया मैं एक ही काम करता हूँ, मोहम्मद वाले मोहम्मद पर दरूद भी पढ़ता हूँ सलाम भी पढ़ता हूँ, मोहम्मद वाले मोहम्मद पर दरूद भी पढ़ता हूँ सलाम भी पढ़ता हूँ। और साईं सरदार फरमाते ने किसी शहर की मक्खी को पूछा है खूब नाल शखा छता जोड़ दितो, समझदार अतार नहीं लोड़ सकिया किवें फुल विच रस ने लोड़ दितो, नुकता दस सरदार खुदा करके किवें फुल विच रस नु लोड़ दितो, शहर की मक्खी आ क्या आ दसा मैं को इलम न बोध न बोध पढ़ती, हाजर नाजर जान के सरकार नू मैं सत्ता मंजिलों विचों मकसूद पढ़ती, हसद बुखल निकाल के दिनों जानो पाक समा विचों वजूद पढ़ती, होंदा शायद अता सरदार साइया कमली वाले ते जदों दरोद पढ़ती है, होंदा शायद अता सरदार साइया कमली वाले ते जदों दरोद पढ़ती। आकब बासत बरादरान तशरीफ लियान के जनाब इन शाला इन तो बाद साढ़े इमाम खतीब जनाब एकला कारी अब्दुल कयूम अजमली साहब इस तक वाली खुतबा फरमानगे, फिर इन तो बाद इन शाला लामा साहब आ गए ने 5 मिनट उन्होंने वजू करके इन शाला इतने तशरीफ लेके आएंगे। नाराए तकबीर, नाराए तकबीर, उची बोलो मेरे वीर चमक जाए तेरी तकदीर, नाराए तकबीर, नाराए रिसालत, नाराए तहकीक, नाराए हैदरी, नाराए गौसिया, अल्लाह मोहम्मद चार यार हाजी फाजा कुतुब फरीद।